ਭਾਜੀ ਕੀ ਗੱਲ ਹੋਈ ਹੈ ਜੀ? ਉਹ ਯਾਰ ਪਿੱਛੋਂ ਗਲਤੀ ਨਾਲ ਹੌਰਨ ਮਾਰਦਾ ਦਾਰੂ ਪੀਤੀ ਹੈ ਸਾਰਿਆਂ ਨੇ ਆ ਗੱਡੀ ਵਿੱਚ ਭਾਜੀ। ਅੱਛਾ ਜੀ, ਇਹਨਾਂ ਨੂੰ ਕੌਣ ਮੁਲਾਜ਼ਮ ਬਣਾਉਂਦਾ ਇਹਨੂੰ ਦੇਖਦਾ ਜੇ ਕਿ ਮੈਂ ਐਸ ਐਚ ਓ ਆ ਸਾਡੇ ਨਾਲ ਮੁੜ ਜਾਊਂਗਾ ਸਾਰਿਆਂ ਨੂੰ ਦੱਬ ਦੇਣਾ ਆ ਦੇ ਭੱਜ ਗਏ ਉਹ ਮੇਰਾ ਕੋਈ ਨਾ ਕੋਈ ਨਾ ਆ ਸਾਰੇ ਦਾਰੂ ਪੀਤੀ ਹੋਈ ਆ। ਓ ਨਹੀਂ ਭਾਈ ਕੀ ਹੋਇਆ ਗੱਡੀ ਪਿੱਛੋਂ ਮਾਰੀ ਪੇਚੀ ਤੋਂ ਆਇਆ ਪੇਚੀ ਗੱਡੀ ਦੇ ਵਿੱਚ ਮਾਰਤੀ ਆ ਤੁਹਾਡੇ ਗੱਡੀ ਨੇ ਤੇ ਡਰਾਈਵਰ ਨੇ ਕਹਿੰਦੇ ਦਾਰੂ ਪੀਤੀ ਹੋਈ ਹੈ ਦਾਰੂ ਪੀਤੀ ਹੋਈ ਹੈ ਦੁਬਾਰਾ ਫੇਰ ਗੱਡੀ ਵਿੱਚ ਮਾਰ ਕੇ ਜਾ ਰਹੇ ਸੀ ਉਹ ਗਲਤ ਗੱਲ ਆ ਉਤੋਂ ਧਮਕੀਆਂ ਦੇ ਰਿਹਾ ਮੈਂ ਕਰ ਦੂ ਮਾਮਲਾ ਕੀ ਹੋਇਆ ਦੱਸੋਗੇ ਬੜੇ ਪਿੱਛੋਂ ਵੀਰੇ ਗਲਤੀ ਨਾਲ ਹੌਰਨ ਮਾਰਦਾ ਆ ਰਿਹਾ ਪਿੱਛੋਂ ਦੀ ਪੂਰੀ ਸਪੀਡ ਦੇ ਨਾਲ ਜਦੋਂ ਗੱਡੀ ਤੇ ਸਾਈਡ ਤੇ ਕੀਤੀ ਵਿੱਚ ਲਿਆ ਕੇ ਮਾਰੀ ਆ ਕਿ ਸਾਡੇ ਕੋਲ ਕੈਦੀ ਆ ਦਾਰੂ ਪੀਤੀ ਆ ਭਜਾ ਕੇ ਲੈ ਗਿਆ ਗੱਡੀ। ਅੱਛਾ ਜੀ ਆ ਗਲਤੀ ਹੈ ਬਾਰ ਬਾਰ ਵਿੱਚ ਫੇਰ ਦੁਬਾਰਾ ਮਾਰਨ ਦੀ ਕੋਸ਼ਿਸ਼ ਕੀਤੀ ਗੱਡੀ ਕੀ ਕਹਿਣਾ ਚਾਹੋਗੇ ਫਿਰ ਦਾਰੂ ਪੀ ਕੇ ਇਹਨਾਂ ਨੇ ਕੀ ਕਿਸੇ ਨੇ ਕਾਨੂੰਨ ਰੋਕਣਾ ਉਹ ਦੇਖੋ ਦਾਰੂ ਪੀ ਕੇ ਉਹ ਭੱਜਿਆ ਜਾ ਰਿਹਾ ਉਹ ਭੱਜ ਕੇ ਉਹ ਕਿੱਥੋਂ ਆ ਰਹੇ ਸੀਗੇ ਵੀਰੇ? ਅਸੀਂ ਤਾਂ ਆਪਣੇ ਕੰਮ ਤੋਂ ਆ ਰਹੇ ਹਾਂ, ਲੱਕੜ ਦਾ ਕੰਮ ਕਰਦੇ ਆ, ਸੋਫਿਆਂ ਦਾ ਕੋਠੀਆਂ ਦੇ ਵਿੱਚ ਸਾਡਾ ਕੰਮ ਚੱਲਦਾ, ਆਪਣੇ ਕੰਮ ਤੋਂ ਆ ਰਹੇ ਆ ਇੱਧਰ, ਪਿੱਛੋਂ ਦੀ ਇੰਨੀ ਤੇਜ਼ ਹੌਰਨ ਮਾਰ ਕੇ ਲੈ ਕੇ ਆ ਰਹੇ ਆ। ਹੁਣ ਕੀ ਨੁਕਸਾਨ ਹੋਇਆ ਤੁਹਾਡਾ? ਮੇਰੀ ਸਾਰੀ ਗੱਡੀ ਪਿੱਛੋਂ ਸਾਰੀ ਭੰਨਤੀ ਉਹਨਾਂ ਨੇ। ਅੱਛਾ ਜੀ, ਤੇ ਹੁਣ ਜਦੋਂ ਤੁਸੀਂ ਵਿਰੋਧ ਕੀਤਾ ਵੀ ਆ ਭੱਜ ਕੇ ਗੱਡੀ ਲੈ ਕੇ ਇੱਕ ਪਿੱਛੇ ਪਿੱਛੇ ਤੁਹਾਡੇ ਸਾਹਮਣੇ ਹੁਣ ਭੱਜਿਆ, ਇੱਕ ਪਹਿਲਾਂ ਬੱਸ ਚਲਾ ਕੇ ਭੱਜ ਗਿਆ ਕਿ ਅਸੀਂ ਪੁਲਿਸ ਵਾਲੇ ਆ, ਅਸੀਂ ਐਂ ਕਰ ਦਾਂਗੇ ਉਹ ਕਰ ਦਾਂਗੇ, ਧਮਕੀਆਂ ਦਿੰਦੇ ਹੋ ਸਾਰੇ ਗੌਰਮੈਂਟ ਸਾਰੇ ਪੁਲਿਸ ਵਾਲੇ ਸਭ ਤੁਹਾਡੇ ਸਾਹਮਣੇ ਭੱਜਿਆ ਇੱਕ, ਮਗਰ ਇੱਕ ਹੋਰ ਗੱਡੀ ਆ ਗਈ ਕਿਸੇ ਹੋਰ ਨੂੰ ਮਾਰ ਦੇਣਗੇ।